दसूआ नगर कौंसल दी वाइस प्रेजिडेंट की जी चोन सी वो पेंडिंग चल रही थी, वो चोन अज मानयोग एस डी एम साहब की देखरेख के हुई है और समुचे हाउस ने जिथे अज सर्वसम्मति दे नाल साडी आम आदमी पार्टी के जिहड़े कौंसलर ने वार्ड नंबर 12 तो अमरप्रीत सिंह सोनू खालसा जी उन्हां नूं नगर कौंसल का मीत प्रधान चुनिया जी। ਤੁਸੀਂ ਦੇਖ ਰਹੇ ਪਬਲਿਕ ਸਪੋਰਟ ਨਿਊਜ਼ ਤੇ ਮੈਂ ਤੁਹਾਡੇ ਨਾਲ ਪੂਜਾ ਰਾਣੀ। ਅੱਜ ਦਸੂਆ ਨਗਰ ਕੌਂਸਲ ਦੇ ਵਿੱਚ ਵਾਈਸ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਤੇ ਆਓ ਅਸੀਂ ਇਸ ਦੇ ਬਾਰੇ ਡਿਟੇਲ ਦੀ ਜਾਣਕਾਰੀ ਲੈਣੇ ਆ ਐਮਐਲਏ ਸਾਹਿਬ ਜੀ ਤੋਂ। ਹਾਂਜੀ ਸਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਰਿਆਂ ਨੂੰ ਪ੍ਰਣਾਮ ਨਮਸਕਾਰ। ਅੱਜ ਬਹੁਤ ਹੀ ਖੁਸ਼ੀ ਦਾ ਸਮਾਂ ਆ ਔਰ ਸਾਡੇ ਜਿਹੜੀ ਦਸੂਆ ਨਗਰ ਕੌਂਸਲ ਦੀ ਵਾਈਸ ਪ੍ਰੈਜ਼ੀਡੈਂਟ ਦੀ ਜਿਹੜੀ ਚੋਣ ਸੀਗੀ ਉਹ ਪੈਂਡਿੰਗ ਚੱਲ ਰਹੀ ਸੀਗੀ, ਉਹਦੀ ਚੋਣ ਅੱਜ ਮਾਨਯੋਗ ਐਸ ਡੀ ਐਮ ਸਾਹਿਬ ਦੀ ਦੇਖਰੇਖ ਦੇ ਵਿੱਚ ਹੋਈ ਹੈ ਔਰ ਸਮੁੱਚੇ ਹਾਊਸ ਨੇ ਜਿੱਥੇ ਅੱਜ ਸਰਵਸੰਮਤੀ ਦੇ ਨਾਲ ਸਾਡੀ ਆਮ ਆਦਮੀ ਪਾਰਟੀ ਦੇ ਜਿਹੜੇ ਕੌਂਸਲਰ ਨੇ ਵਾਰਡ ਨੰਬਰ 12 ਤੋਂ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ ਜੀ ਉਹਨਾਂ ਨੂੰ ਨਗਰ ਕੌਂਸਲ ਦਾ ਮੀਤ ਪ੍ਰਧਾਨ ਚੁਣਿਆ, ਜਿੱਥੇ ਮੈਂ ਪਰਮਾਤਮਾ ਦਾ ਧੰਨਵਾਦ ਕਰਦਾ, ਦਸੂਆ ਹਲਕੇ ਵਾਸੀਆਂ ਦਾ ਧੰਨਵਾਦ ਕਰਦਾ, ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਤੇ ਦੂਜੀ ਵਾਰ ਇਹਨਾਂ ਨੂੰ ਨਗਰ ਕੌਂਸਲ ਚੁਣ ਕੇ ਭੇਜਿਆ ਸੀਗਾ ਔਰ ਸਾਰੇ ਹਾਊਸ ਦਾ ਧੰਨਵਾਦ ਕਰਦਾ, ਹਰ ਇੱਕ ਮੈਂਬਰ ਦਾ ਦਿਲ ਦੀਆਂ ਗਹਿਰਾਈਆਂ 'ਚੋਂ ਧੰਨਵਾਦ ਕਰਦਾ ਕਿ ਪ੍ਰਧਾਨ ਸਾਹਿਬ ਦਾ ਥੈਂਕਸ ਕਰਦੇ ਹਾਂ ਕਿ ਜਿਨ੍ਹਾਂ ਨੇ ਸਰਵਸੰਮਤੀ ਦੇ ਨਾਲ ਇਹ ਜਿਹੜੀ ਚੋਣ ਕਰਵਾਈ ਹੈ ਔਰ ਮੈਨੂੰ ਬੜੀ ਉਮੀਦ ਹੈ ਕਿ ਇਹ ਸਾਡੇ ਸਾਥੀ ਨੇ ਜਿਹੜੇ ਇਹ ਸ਼ਹਿਰ ਦੀ ਤਰੱਕੀ ਵਾਸਤੇ ਆਪਣਾ ਜਿਹੜਾ ਪਹਿਲਾਂ ਵੀ ਯੋਗਦਾਨ ਪਾ ਰਿਹਾ ਔਰ ਹੁਣ ਹੋਰ ਜ਼ਿੰਮੇਵਾਰੀ ਮਿਲਣ ਤੋਂ ਬਾਅਦ ਹੋਰ ਮਿਹਨਤ ਦੇ ਨਾਲ ਇਮਾਨਦਾਰੀ ਨਾਲ ਜਿਹੜੀ ਸੇਵਾ ਕਰਨ ਦਾ ਜਿਹੜੀ ਆਪਣੀ ਸੋਚ ਰੱਖਣਗੇ ਔਰ ਮੈਨੂੰ ਬੜੀ ਉਮੀਦ ਵੀ ਹੈ ਕਿ ਆਪਣਾ ਜਿਹੜਾ ਨਗਰ ਕੌਂਸਲ ਸਾਰਾ ਹਾਊਸ ਆ ਇਹ ਆਪਣੇ ਵਾਰਡ ਵਾਸੀਆਂ ਦੇ ਨਾਲ ਜਿਹੜੀ ਵਾਅਦੇ ਕੀਤੇ ਨੇ ਚੋਣਾਂ ਦੇ ਨਾਲ ਉਹ ਪੂਰੇ ਕਰਨਗੇ ਔਰ ਮੈਂ ਦੁਬਾਰਾ ਸਾਰੇ ਹਾਊਸ ਦੇ ਇੱਕ ਇੱਕ ਮੈਂਬਰ ਦਾ ਬਹੁਤ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ ਔਰ ਸਮੁੱਚੇ ਪਰਿਵਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਅਮਰਪ੍ਰੀਤ ਸਿੰਘ ਸੋਨੂੰ ਖਾਲਸਾ ਜੀ ਨੂੰ ਬਹੁਤ ਬਹੁਤ ਵਧਾਈ ਦਿੰਦਾ। ਥੈਂਕ ਯੂ ਸਰ। ਤੁਹਾਨੂੰ ਅੱਜ ਵਾਈਸ ਪ੍ਰਧਾਨ ਚੁਣਿਆ ਗਿਆ, ਕਿਹੋ ਜਿਹਾ ਮਹਿਸੂਸ ਹੋ ਰਿਹਾ? ਬਹੁਤ ਖੁਸ਼ੀ ਹੈ ਜੀ। ਜ਼ਰੀਆ ਬਣਾਉਂਦਾ ਪ੍ਰਮਾਤਮਾ, ਉਹਨਾਂ ਨੇ ਸਾਡੇ ਐਮਐਲਏ ਹਲਕਾ ਕਰਮਵੀਰ ਸਿੰਘ ਘੁੰਮਣ ਜੀ, ਉਹਨਾਂ ਦੇ ਫਾਦਰ ਸਾਹਿਬ ਸਰਦਾਰ ਜਗਮੋਹਨ ਸਿੰਘ ਜੀ ਬੱਬੂ ਘੁੰਮਣ ਜੀ, ਉਹਨਾਂ ਦੇ ਸਾਰਾ ਪਰਿਵਾਰ ਹਮੇਸ਼ਾ ਮੇਰੇ ਨਾਲ ਹੀ ਰਿਹਾ, ਉਹਨਾਂ ਦਾ ਆਸ਼ੀਰਵਾਦ ਮੇਰੇ ਉੱਪਰ ਹੀ ਰਿਹਾ। ਭਾਵੇਂ ਉਹ ਮੈਂ ਸਨ 2005 ਦੇ ਵਿੱਚ ਯੂਥ ਦਾ ਪ੍ਰਧਾਨ ਬਣਿਆ ਸੀ, ਉਹ ਵੀ ਸਾਨੂੰ ਘੁੰਮਣ ਸਾਹਿਬ ਨੇ ਬਣਾਇਆ ਸੀ, 10 ਸਾਲ ਆਪਾਂ ਰਹੇ ਹਾਂ ਜੀ। ਉਸ ਤੋਂ ਬਾਅਦ ਜੇ ਮੈਂ 2015 'ਚ ਐਮ ਸੀ ਬਣਿਆ ਜੀ, ਉਹ ਵੀ ਘੁੰਮਣ ਪਰਿਵਾਰ ਦੀ ਦੇਣ ਹੈ ਜੀ। ਉਸ ਤੋਂ ਬਾਅਦ ਮੈਂ ਫਿਰ ਦੁਬਾਰਾ ਐਮ ਸੀ ਬਣਿਆ ਜੀ 2021 'ਚ, ਉਹ ਵੀ ਘੁੰਮਣ ਪਰਿਵਾਰ ਨੇ ਟਿਕਟ ਦਿੱਤੀ ਅਤੇ ਆਪਾਂ ਦੁਬਾਰਾ ਐਮ ਸੀ ਬਣੇ। ਫਿਰ ਸਾਨੂੰ ਬਹੁਤ ਮਾਣ ਦਿੱਤਾ ਜੀ, ਲੰਬੜਦਾਰੀਆਂ ਤੱਕ ਵੀ ਸਾਨੂੰ ਦਿੱਤੀਆਂ। ਪਰ ਇੱਕ ਮੈਂ ਗੱਲ ਕਹਾਂਗਾ ਕਿ ਇਹ ਮਿਹਨਤ ਦਾ ਫਲ ਆ, ਮਿਹਨਤ ਵੀ ਇਮਾਨਦਾਰੀ ਨਾਲ। ਜੇ ਆਪਾਂ ਇਮਾਨਦਾਰੀ ਨਾਲ ਮਿਹਨਤ ਕਰਾਂਗੇ ਤਾਂ ਸਾਰਾ ਕੁਛ ਮਿਲੇਗਾ, ਮਿਲੇਗਾ ਵੀ ਇੱਥੋਂ ਹੀ। ਅਤੇ ਬਹੁਤਾ ਉੱਤੇ ਜਾਣ ਦੀ ਲੋੜ ਨਹੀਂ, ਉੱਪਰ ਲੀਡਰਾਂ ਦੀਆਂ ਲੱਤਾਂ ਫੜਨ ਦੀ ਲੋੜ ਨਹੀਂ। ਲੋਕਲ ਰਹਿ ਕੇ ਆਪਣੇ ਲੋਕਲ ਲੀਡਰ ਆ ਜਿਹੜਾ, ਉਹਨਾਂ ਦਾ ਵਿਸ਼ਵਾਸ ਜਿੱਤੋ, ਇਮਾਨਦਾਰ ਬਣੋ। ਜੇ ਸਿਆਸਤ 'ਚ ਰਹਿਣਾ, ਇਮਾਨਦਾਰ ਨਾਲ ਰਹੋਗੇ ਤਾਂ ਸਾਰਾ ਕੁਛ ਮਿਲੇਗਾ। ਮੈਂ ਇਹਨਾਂ ਦੇ ਸਾਰੇ ਪਰਿਵਾਰ ਦਾ, ਆਪਣੇ ਸਾਡੇ ਸ਼ਹਿਰੀ ਪ੍ਰਧਾਨ ਸੰਧੂ ਸਾਹਿਬ ਖੜ੍ਹੇ ਨੇ, ਇਹਨਾਂ ਦਾ ਵੀ ਧੰਨਵਾਦ ਕਰਦਾ, ਸਾਰੇ ਐਮ ਸੀ ਸਾਹਿਬਾਨ ਦਾ ਜਿਨ੍ਹਾਂ ਨੇ ਮੈਨੂੰ ਪਾਰਟੀ ਬਾਜੀ ਤੋਂ ਉੱਤੇ ਉੱਠ ਕੇ ਮੇਰਾ ਸਮਰਥਨ ਕੀਤਾ। ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ। ਮੇਰੇ ਵਾਰਡ ਵਾਸੀ ਵੀ ਆਏ ਆ, ਵਾਰਡ ਵਾਸੀਆਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥੈਂਕ ਯੂ। ਕਿਆ ਅਸੀਂ ਗੱਲ ਕਰਦੇ ਬੱਬੂ ਘੁੰਮਣ ਜੀ ਦੇ ਨਾਲ? ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ, ਅੱਜ ਦਸੂਆ ਨਗਰ ਕੌਂਸਲ ਦੇ ਵਿੱਚ ਅਮਰਪ੍ਰੀਤ ਸਿੰਘ ਜੀ ਨੂੰ ਅੱਜ ਵਾਈਸ ਪ੍ਰਧਾਨ ਚੁਣਿਆ ਗਿਆ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਅੱਜ ਬੜਾ ਖੁਸ਼ੀ ਦਾ ਸਮਾਂ ਕਿ ਸਾਰੇ ਐਮ ਸੀ ਸਾਹਿਬਾਨ ਨੇ ਸਰਵਸੰਮਤੀ ਦੇ ਨਾਲ ਸਾਡੇ ਬਹੁਤ ਹੀ ਸਤਿਕਾਰਯੋਗ ਜਿਹੜੇ ਆਮ ਆਦਮੀ ਪਾਰਟੀ ਦੇ ਸਾਡੇ ਲੀਡਰ ਨੇ ਅਮਨਪ੍ਰੀਤ ਸੋਨੂੰ ਖਾਲਸਾ ਜੀ, ਉਹਨਾਂ ਨੂੰ ਵਾਈਸ ਪ੍ਰਧਾਨ ਚੁਣਿਆ। ਮੈਂ ਜਿੱਥੇ ਇਹਨਾਂ ਨੂੰ ਮੁਬਾਰਕਬਾਦ ਦੇਣਾ, ਉੱਥੇ ਸਾਰੇ ਹੀ ਕੌਂਸਲਰ ਸਾਹਿਬਾਨ ਦਾ ਜਿਨ੍ਹਾਂ ਨੇ ਸਰਵਸੰਮਤੀ ਦੇ ਨਾਲ ਸ਼ਹਿਰ ਦੇ ਵਿਕਾਸ ਨੂੰ ਵੇਖਦਿਆਂ ਹੋਇਆਂ ਇਹਨਾਂ ਨੂੰ ਵਾਈਸ ਪ੍ਰਧਾਨ ਬਣਾਇਆ, ਮੈਂ ਉਹਨਾਂ ਸਾਰਿਆਂ ਦਾ ਵੀ ਦਿਲ ਦੀਆਂ ਗਹਿਰਾਈਆਂ 'ਚ ਧੰਨਵਾਦ ਕਰਦਾ। ਮੇਰੇ ਨਾਲ ਸੰਤੋਖ ਸਿੰਘ ਜੀ ਤੁਖੀ, ਜਿਹੜੇ ਸਾਡੇ ਸੀਨੀਅਰ ਨੇਤਾ ਨੇ ਆਮ ਆਦਮੀ ਪਾਰਟੀ ਦੇ, ਉਹ ਵੀ ਖੜ੍ਹੇ ਨੇ, ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਜਿਨ੍ਹਾਂ ਨੇ ਬੜਾ ਵੱਡਾ ਯੋਗਦਾਨ ਪਾਇਆ ਇਹਨਾਂ ਨੂੰ ਬਣਾਉਣ ਦੇ ਵਿੱਚ। ਅਤੇ ਸਾਰੇ ਹੀ ਕੌਂਸਲਰ ਸਾਹਿਬਾਨ ਨੇ, ਮੈਨੂੰ ਤਾਂ ਅੱਜ ਇੱਦਾਂ ਲੱਗਦਾ ਜਿੱਦਾਂ ਸ਼ਹਿਰ ਦੇ ਵਿੱਚ ਕੋਈ ਪਾਰਟੀ ਹੈ ਹੀ ਨਹੀਂ, ਵੀ ਬੜਾ ਇਕੱਠਾ ਜਿਹਾ ਮਾਹੌਲ ਮੈਂ ਅੱਜ ਇੱਥੇ ਵੇਖਣ ਨੂੰ ਮਿਲਿਆ, ਜਿਹੜਾ ਕਿ ਮੈਨੂੰ ਬਹੁਤ ਖੁਸ਼ੀ ਹੋਈ ਆ ਉਹਦੇ ਲਈ ਵੀ ਆਪਾਂ ਜਦੋਂ ਸ਼ਹਿਰ ਦੀ ਡਿਵੈਲਪਮੈਂਟ ਕਰਾਉਣੀ ਹੈ
इस तरह ही इकट्ठे होकर सानू करवानी चाहिए है। तो नाले बहुत समय के बाद बहुत चिरों के बाद तकरीबन 72-73 साल तो बाद जिहड़े आम परिवार ने उन्होंने मौका मिल रहा जिते पहला दसूहा वासियों ने साडे एक आम जे परिवार को करमवीर सिंह घूमन MLA बनाया तो अज इस आम परिवार को ही इतने शहर का वाइस प्रधान भी बनाया है। ये मैं सारे शहर वासियों को भी बधाई देना भी आम आदमी पार्टी के भी जेडे आम लोग ने उन्हों का भी वारी आने लगी है। तो मैं उम्मीद करना भी सोनू खालसा जी बहुत वधिया ढंग दे नाल लोगों में विचर के शहर का जरा डिवेलपमेंट इन बड़े जोर नाल करेंगे। बहुत बहुत धन्यवाद। अज दसूहा नगर कौंसल दे विच वाइस प्रधान की चोन की गई है तो आओ अस गल करते हैं SDM साहब जी तो उन्होंने को प्रोपर डिटेल्स जानकारी लेने हैं। हाँ जी सर जी अज टर्म पूरी हुई सी पिछले समय च दसूहे दे मीत प्रधान की तो उसकी इलेक्शन संबंधी म्यूनसिपैलिटी वालों लिखा गया सी मानयोग डी साहब नूं हुशियारपुर DC साहब नूं उन्हां वालों मैनू कन्वीनर नियुक्त किया गया सीगा। बतौर कन्वीनर अज फिर मैं मीटिंग रखी सीगी सारे MC सिबान नूं MLA साहब नूं नोटिस दिता सी क्योंकि इहदे च MLA साहब की भी वोट होंदी है तो उन्होंने नोटिस दे के अज का टाइम सवेरे 10 बजे का निश्चित किया गया सी। ते अज समय ते 10 बजे सारे मैंबर साहबान नूं हाजिर आए सारे जिहड़े हाजिर आए उन्हां मतलब 15 MC साहबान ने ते 1 MLA साहब 16 मैंबरां ने वोट पैनी सीगी ते उन्हां विचों 12 मैंबर साहबान ते 1 MLA साहब 13 वोटां अज हाजिर सी। 13 वो सारे मैंबर साहबान वल्लों सर्वसम्मति नाल श्री अमरप्रीत सिंह उन्हां नूं चुणिया वाइस प्रधान चुणिया गया। बड़ी पूरी सर्वसम्मति नाल पूरी शांतिपूर्वक ते वधिया माहौल सारी इलैक्शन पूरी संपन्न। थैंक यू।